ਜਿੱਥੇ ਕਿਸਾਨ ਆਪਣੀ ਜ਼ਮੀਨ ਨੂੰ ਵੱਖ-ਵੱਖ ਤਰ੍ਹਾਂ ਨਾਲ ਵਹਾਈ ਕਰਕੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਖਾਦਾਂ ਪਾ ਕੇ ਵੱਧ ਤੋਂ ਵੱਧ ਝਾੜ ਲੈਣ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ, ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁਸ਼ੀਪੁਰ ਦਾ ਕਿਸਾਨ ਰਜਿੰਦਰ ਸਿੰਘ, ਜਿਸ ਵੱਲੋਂ ਕਿ ਝੋਨੇ ਨੂੰ ਕੱਟਣ ਤੋਂ ਬਾਅਦ ਬਿਨਾਂ ਪਰਾਲੀ ਨੂੰ ਅੱਗ ਲਗਾਏ ਹੀ ਕਣਕ ਨੂੰ ਛਿੱਟਾ ਦੇ ਕੇ ਬੀਜ ਦਿੱਤਾ ਗਿਆ। ਅੱਜ ਉਹ ਰਵਾਇਤੀ ਤਰੀਕੇ ਦੇ ਨਾਲ ਬਿਜਾਈ ਕਣਕ ਨਾਲੋਂ ਵੱਖ ਆਪਣੀ ਕਣਕ ਨੂੰ ਦੇਖ ਕੇ ਅਤੇ ਕਣਕ ਦੇ ਛਿੱਟੇ ਦੇਖ ਬਾਗੋ ਬਾਗ ਹੋ ਰਿਹਾ। ਲੋਕਾਂ ਨੂੰ ਵੀ ਇਸ ਤਰੀਕੇ ਦੇ ਨਾਲ ਬਿਜਾਈ ਕਰਨ ਦੀ ਸਲਾਹ ਦੇ ਰਿਹਾ। ਉਹਨਾਂ ਕਿਹਾ ਕਿ ਅੱਗੇ ਤੋਂ ਮੈਂ ਸਾਰੀ ਹੀ ਕਣਕ ਦੀ ਬਿਜਾਈ ਇਸੇ ਤਰ੍ਹਾਂ ਹੀ ਕਰਾਂਗਾ। ਤੁਸੀਂ ਦੇਖ ਰਹੇ ਹੋ ਲਾਈਵ ਤੇਜ ਚੈਨਲ। ਅੱਜ ਅਸੀਂ ਆਏ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁਸ਼ੀਪੁਰ ਵਿਖੇ। ਤੁਹਾਨੂੰ ਦੱਸ ਦਈਏ ਕਿ ਜਿਵੇਂ ਲੋਕ ਵੱਧ ਤੋਂ ਵੱਧ ਝਾੜ ਲੈਣ ਲਈ ਮਤਲਬ ਜ਼ਮੀਨ ਨੂੰ ਬੜੇ ਬੜੇ ਤਰ੍ਹਾਂ ਨਾਲ ਵਾਹੁੰਦੇ ਨੇ, ਪਰ ਤੁਹਾਡੇ ਸਾਹਮਣੇ ਇੱਧਰ ਦੇਖੋ, ਇਹ ਜਿਹੜੀ ਕਣਕ ਬੀਜੀ ਗਈ ਹੈ ਇਹ ਹੈਗੇ ਜਿੱਦਾਂ ਆਮ ਲੋਕ ਬੀਜਦੇ ਨੇ, ਠੀਕ ਹੈ ਜੀ। ਇਹਦਾ ਝਾੜ ਦੇਖ ਲਓ ਕਿਸ ਤਰ੍ਹਾਂ ਦਾ ਹੋਏਗਾ। ਅਤੇ ਇੱਕ ਇਸ ਸਾਈਡ ਦੇਖੋ ਮੇਰੇ ਸਾਈਡ, ਸਰ ਜੀ ਕੈਮਰਾਮੈਨ ਕਹਾਂਗੇ ਇੱਧਰ ਦੇਖੋ, ਇਹ ਜਿਹੜੀ ਖੇਤੀ ਕੀਤੀ ਗਈ ਆ ਇਹ ਨੈਚੁਰਲ ਤਰੀਕੇ ਨਾਲ ਕੀਤੀ ਗਈ ਆ। ਸਾਡੇ ਨਾਲ ਕਿਸਾਨ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਇਹ ਖੇਤੀ ਕਿਸ ਤਰ੍ਹਾਂ ਕੀਤੀ ਗਈ ਹੈ, ਕਿੰਨਾ ਖਰਚਾ ਇੱਥੇ ਆਇਆ। ਆਓ ਜੀ ਸਰ, ਕੀ ਨਾਮ ਜੀ ਆਪਣਾ? ਰਜਿੰਦਰ ਸਿੰਘ ਨਾਮ। ਇਹ ਕਿਸ ਤਰੀਕੇ ਨਾਲ ਬੀਜੀ ਗਈ ਹੈ ਅਤੇ ਕਿੰਨਾ ਖਰਚਾ ਆਇਆ ਇੱਧਰ ਮੁਕਾ? ਇਹਦੇ 'ਤੇ ਕੋਈ ਖਰਚਾ ਮੇਰਾ ਨਹੀਂ ਆਇਆ ਹੈਗਾ, ਇਹ 'ਤੇ ਸਿਰਫ ਮੈਂ ਛੱਟਾ ਦੇ ਕੇ ਕਟਰ ਮਰਵਾਇਆ ਹੈਗਾ, ਕਟਰ ਦਾ ਸਿਰਫ 500 ਰੁਪਈਆ ਖਰਚਾ ਲੱਗਾ ਹੈਗਾ, ਕੋਈ ਖਰਚਾ ਬਾਕੀ ਨਹੀਂ ਆਇਆ। ਅਤੇ ਦੂਜੀ ਜਿਹੜੀ ਮਤਲਬ ਖੇਤੀ ਕਰਦੇ ਹੋ ਆਮ ਨਹੀਂ ਬੀਜਦੇ ਰਵਾਇਤੀ ਖੇਤੀ, ਉਹ ਉੱਤੇ ਕਿੰਨਾ ਖਰਚਾ ਆਇਆ? ਦੂਜੀ ਦੇ ਘੱਟੋ ਘੱਟ 2000 ਰੁਪਈਆ ਖਰਚਾ ਉੱਤੇ ਸੁਪਰ ਸੀਡ ਦਾ ਲੱਗਾ ਹੈ। ਇਸ ਤੋਂ ਇਲਾਵਾ ਹੋਰ? ਉੱਤੇ ਹੋਰ ਕੋਈ ਖਰਚਾ ਨਹੀਂ ਆਇਆ। ਅਤੇ ਇਹਨੇ ਇੱਥੇ ਵਾਲੇ ਇੱਥੇ ਕੋਈ ਦਵਾਈ ਵੀ ਨਹੀਂ ਪਾਈ ਹੈਗੀ ਜੀ, ਉੱਤੇ ਦਵਾਈ ਪਾਉਣੀ ਪੈਂਦੀ ਹੈ। ਅਤੇ ਝਾੜ ਦਾ ਵਿੱਚ ਵੇਖਿਆ ਕਿੰਨਾ ਫਰਕ ਲੱਗਦਾ? ਝਾੜ ਦਾ ਇਹ ਤਾਂ ਪਤਾ ਹੁਣ ਬਾਅਦ 'ਚ ਲੱਗੇਗਾ ਕੀ ਕਿਵੇਂ ਕੀ ਦੀ ਹੁੰਦਾ। ਠੀਕ, ਅਤੇ ਇਹ ਤੁਹਾਨੂੰ ਆਈਡੀਆ ਕਿੱਥੋਂ ਮਿਲਿਆ ਸਰ? ਆਈਡੀਆ ਜਮਹੂਰੀ ਕਿਸਾਨ ਸਭਾ ਦੇ ਨਾਲ ਮੈਂ ਅਟੈਚ ਹਾਂ ਜੀ, ਉਹਨਾਂ ਤੋਂ ਮਤਲਬ ਮਾਸਟਰ ਸਰਦੂਲ ਸਿੰਘ ਜੀ। ਅੱਛਾ, ਉਹਨਾਂ ਵੱਲੋਂ? ਉਹਨਾਂ ਵੱਲੋਂ ਆਏਗਾ, ਹਾਂਜੀ। ਠੀਕ ਹੈ, ਮਾਸਟਰ ਸਰਦੂਲ ਸਿੰਘ ਨਾਲ ਗੱਲ ਕਰ ਲੈਂਦੇ ਹਾਂ ਜੀ। ਹਾਂਜੀ ਸਰ, ਕੀ ਕਹੋਗੇ ਜੀ? ਦੇਖੋ ਜੀ, ਜੇ ਜੰਗਲਾਂ ਵਿੱਚ ਕੋਈ ਖੇਤ ਉਹਨੂੰ ਵਾਈ ਨਹੀਂ ਕਰਦਾ, ਨਾ ਉਹਨੂੰ ਕੋਈ ਖਾਦ ਪਾਉਂਦਾ, ਨਾ ਦਵਾਈ ਪਾਉਂਦਾ, ਤੇ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਜੇ ਜੰਗਲ ਆਪਣੇ ਆਪ ਡਿਵੈਲਪ ਹੋ ਸਕਦੇ, ਵੱਡੇ ਵੱਡੇ ਜੰਗਲ ਬਣ ਜਾਂਦੇ ਆ, ਤੇ ਖੇਤੀ ਕਿਉਂ ਨਹੀਂ ਇਸ ਤਰ੍ਹਾਂ ਹੋ ਸਕਦੀ। ਤੇ ਮੈਂ ਪਿਛਲੇ ਸਾਲ ਮਤਲਬ ਸਨ ਕਹਿ ਲਈਏ 23 'ਚ ਜਿਹੜੀ 23 ਵਾਲੀ ਕਣਕ ਸੀ, ਉਹ ਖੜੇ ਝੋਨੇ ਦੇ ਨਾੜ ਵਿੱਚ ਬੀਜ ਦਾ ਛੱਟਾ ਦੇ ਕੇ ਉੱਤੇ ਮਲਚਰ ਮਾਰਤਾ, ਮਲਚਰ ਮਾਰ ਕੇ ਤੇ ਨਾਲ ਹੀ ਡਾਇਆ ਪਾਤੀ, ਉਹਦੇ ਉੱਤੇ ਹੋਰ ਕੋਈ ਖਰਚਾ ਨਹੀਂ ਆਇਆ, ਸਿਰਫ ਯੂਰੀਆ 2 ਗੱਟੇ ਜਿਹੜੇ ਆ ਉਹ ਲਾਏ ਗਏ ਸੀ, ਉਹ ਤੋਂ ਬਿਨਾਂ ਸਾਰੇ ਖਰਚੇ 0 ਸੀਗੇ। ਜਦੋਂ ਕਿ ਇਸ ਤੋਂ ਪਹਿਲਾਂ ਅਸੀਂ ਰਵਾਇਤੀ ਖੇਤੀ ਕਰਦੇ ਰਹੇ ਹਾਂ, ਉਹਨੂੰ ਕਿੰਨੀ ਵਾਰਾਂ ਜ਼ਮੀਨ ਨੂੰ ਤਵਿਆ ਨਾ ਵਾਹੁਣਾ, ਫਿਰ ਟਿੱਲਰ ਨਾ ਵਾਹੁਣਾ, ਉਸ ਤੋਂ ਬਾਅਦ 8-8, 10-10 ਸੁਹਾਗੇ ਵੱਜ ਜਾਣੇ, ਫਿਰ ਡਰਿੱਲ ਕਰਨੀ, ਫਿਰ ਉਹਦੇ 'ਚ ਨਦੀਨ ਵੀ, ਜਦੋਂ ਜ਼ਮੀਨ ਉਹਨੂੰ ਵਧੀਆ ਵਾਤਾਵਰਨ ਉੱਗਣ ਲਈ ਪੋਲੀ ਜ਼ਮੀਨ ਮਿਲ ਜਾਣੀ, ਨਦੀਨ ਵੀ ਵਾਧੂ ਉੱਗ ਜਾਣੇ। ਅਤੇ ਉਹਦੇ ਉਲਟ ਇਹ ਜਿਹੜੀ ਨੈਚੁਰਲ ਖੇਤੀ ਆ, ਇਹਦੇ ਉੱਤੇ ਜ਼ਮੀਨ ਜਿਹੜੀ ਆ ਪੂਰੀ ਪਰਾਲੀ ਨਾਲ ਢੱਕੀ ਜਾਂਦੀ ਆ, ਅਤੇ ਇਹਦੇ ਵਿੱਚ ਨਦੀਨ ਜਿਹੜੇ ਆ ਉਹ ਵੀ 0 ਹੋ ਜਾਂਦੇ ਆ, ਬਾਕੀ ਨਵੀਂ ਬਰਕਰਾਰ ਰਹਿੰਦੀ ਆ। ਉਹ ਦੂਜੀ ਰਵਾਇਤੀ ਖੇਤੀ ਵਿੱਚ ਜ਼ਮੀਨ ਸੁੱਕ ਜਾਂਦੀ ਆ, 3-4 ਪਾਣੀ ਦਿੱਤੇ ਜਾਂਦੇ ਆ, ਇਹ ਦੋ ਪਾਣੀਆਂ ਨਾਲ ਹੀ ਅੱਧੇ ਪਾਣੀ ਨਾਲ ਵਧੀਆ ਪੱਕ ਜਾਂਦੀ ਆ ਅਤੇ ਵਧੀਆ ਝਾੜ ਦਿੰਦੀ ਆ। ਮੇਰੀ ਕਣਕ ਜਿਹੜੀ ਨੈਚੁਰਲ ਫਾਰਮਿੰਗ ਢੰਗ ਨਾਲ ਬੀਜੀ ਗਈ ਸੀ ਪਿਛਲੇ ਸਾਲ, ਉਹ 24 ਕੁਇੰਟਲ ਦੇ ਹਿਸਾਬ ਨਾਲ ਹੀ ਉਹ ਨਿਕਲੀ, ਅਤੇ ਜਿਹੜੀ ਰਵਾਇਤੀ ਤਰੀਕੇ ਨਾਲ ਬੀਜੀ ਗਈ ਸੀ ਉਹ 23 ਕੁਇੰਟਲ ਨਿਕਲੀ। ਇਹਦਾ ਤਰੀਕਾ ਇਹ ਆ ਜੀ, ਝੋਨਾ ਵੱਢਣ ਤੋਂ ਬਾਅਦ ਝੋਨੇ ਤੋਂ ਪਹਿਲਾਂ ਹੀ ਤੁਸੀਂ ਇਹ ਰੱਖ ਆਪਣੇ ਮਨ 'ਚ ਰੱਖ ਲਓ ਵੀ ਅਸਾਂ ਨੈਚੁਰਲ ਤਰੀਕੇ ਨਾਲ ਕਣਕ ਬੀਜਣੀ ਆ।
ਤੇ ਉਹਦਾ ਕੀ ਹੋਏਗਾ, ਤੁਸੀਂ ਪਾਣੀ ਪਹਿਲਾਂ ਸੁਕਾ ਦਿਓ, ਜ਼ਮੀਨ ਤੁਹਾਡੀ ਸੁੱਕ ਜੇ, ਸੁੱਕ ਜੇ ਤੇ ਝੋਨੇ ਜ਼ਮੀਨ ਸੁੱਕੀ ਹੋਈ, ਝੋਨਾ ਵੀ ਸੌਖਾ ਵੱਢਿਆ ਜਾਏਗਾ। ਉਸ ਤੋਂ ਬਾਅਦ ਤੁਸੀਂ ਖਾਦ ਤੇ ਬੀਜ ਦਾ ਜਿਹੜਾ ਉਹ ਛੱਟਾ ਦਵਾ ਲਓ, ਛੱਟਾ ਦਵਾ ਕੇ ਮਲਚਰ ਫੇਰ ਦਿਓ ਜਾਂ ਕਟਰ ਫੇਰ ਦਿਓ, ਤੇ ਉਸ ਤੋਂ ਬਾਅਦ ਪਾਣੀ ਦੇ ਦੇਣਾ, ਤੇ ਤੁਹਾਡੀ ਕਣਕ ਜਿਹੜੀ ਆ ਉਹ ਵਧੀਆ ਜੰਮੇਗੀ, ਵਧੀਆ ਹੋਏਗੀ, ਕੁਦਰਤੀ ਹੋਏਗੀ, ਉਹਨੂੰ ਕਿਸੇ ਦਵਾਈ ਦੀ ਲੋੜ ਨਹੀਂ। ਤੇ ਖਰਚੇ ਦਾ ਵੀ ਮੇਰਾ ਖਿਆਲ ਆ ਵੀ 4,000 ਰੁਪਈਏ ਦਾ ਤੇ ਖਰਚੇ ਦਾ ਫਰਕ ਪੈ ਜਾਂਦਾ ਬਿਲਕੁਲ। ਤੇ ਇਸ ਤੋਂ ਇਲਾਵਾ ਜਿਹੜੀ ਨੈਚੁਰਲ ਢੰਗ ਨਾਲ ਬੀਜੀ ਗਈ ਉਹਦੇ ਵਿੱਚੋਂ ਇੱਕ ਟਰਾਲੀ ਤੂੜੀ ਦੀ ਵੀ ਵੱਧ ਬਣਦੀ ਹੈ ਕਿੱਲੇ ਦੀ, ਜੇ ਦੂਜੀ ਚੋਂ 2 ਬਣਦੀਆਂ ਇਹਦੇ ਚੋਂ 3 ਬਣਦੀਆਂ। ਕਿੰਨੇ ਸਾਲ ਆਪਣਾ ਤਜਰਬਾ ਹੋ ਗਿਆ ਤੁਹਾਡਾ ਇਹ ਕਰਦੇ? ਮੈਂ ਤੇ ਲਗਭਗ ਪਿਛਲੇ ਸਾਲ ਹੀ ਬੀਜੀ ਸੀ, 2 ਸਾਲ ਕਹਿ ਲਓ ਹੁਣ ਜੀ। ਤੇ ਇਸ ਮੇਰੇ ਵੀਰ ਨੇ ਵੀ ਇਹਨੂੰ ਵੀ ਮੈਂ ਕਿਹਾ ਵੀ ਇਸੇ ਤਰ੍ਹਾਂ ਹੀ ਬੀਜ, ਝੋਨਾ ਵੀ ਜਿਹੜਾ ਆ ਉਹ ਤੁਸੀਂ ਸੁੱਕੇ ਕੱਦੂ ਦਾ ਲਾਓ, ਤੇ ਝੋਨਾ ਵੀ ਇਹਨਾਂ ਸੁੱਕੇ ਕੱਦੂ ਦਾ 8 ਕਿੱਲੇ ਲਾਇਆ ਸੀ, ਵਧੀਆ ਝਾੜ ਦਿੱਤਾ, ਤੇ ਕਣਕ ਵੀ ਹੁਣ ਇਹਦੀ ਵਧੀਆ ਖੜੀ ਆ, ਜ਼ਮੀਨ 'ਚ ਪੂਰੀ ਨਵੀਂ ਆ, ਕਣਕ ਸਾਰੀ ਖਲੋਤੀ ਆ, ਜਦੋਂ ਕਿ ਆਲਾ ਦੁਆਲਾ ਤੁਸੀਂ ਨਜ਼ਰ ਮਾਰ ਸਕਦੇ ਹੋ, ਮੁਲਖ ਡਿੱਗਾ ਪਿਆ, ਸੁਹਾਗਾ ਵੱਜਾ ਪਿਆ, ਜਿਨ੍ਹਾਂ ਦਾ ਕੰਬਾਈਨਾਂ ਨੇ ਵੀ 1.25 ਕਿੱਲੇ ਦਾ ਨੁਕਸਾਨ ਕਰ ਦੇਣਾ, ਇਹਦਾ ਨੁਕਸਾਨ 0 ਹੋਣਾ, ਅਤੇ ਫਾਇਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਆ। ਵੇਖੋ, ਇੱਕ ਤਾਂ ਸਾਡਾ ਵਾਤਾਵਰਨ ਬਚ ਜਾਏਗਾ, ਕੀਟਨਾਸ਼ਕਾਂ ਤੋਂ, ਨਦੀਨ ਨਾਸ਼ਕਾਂ ਤੋਂ ਸਾਡੀ ਜ਼ਮੀਨ ਜਿਹੜੀ ਆ ਉਹ ਜ਼ਹਿਰ ਬਣ ਤੋਂ ਬਚੇਗੀ, ਸਾਡਾ ਚਾਰਾ ਜਿਹੜਾ ਆ ਉਹ ਵੀ ਵਧੀਆ ਹੋਏਗਾ, ਪਸ਼ੂਆਂ ਨੂੰ ਚਾਰਾ ਵਧੀਆ ਜਾਏਗਾ, ਦੁੱਧ ਵੀ ਵਧੀਆ ਮਿਲੇਗਾ। ਇੱਕ ਯੂਨੀਵਰਸਿਟੀ ਵੱਲੋਂ ਤੁਹਾਨੂੰ ਕੋਈ ਸਲਾਹ ਦਿੱਤੀ ਗਈ ਜਾਂ ਮਤਲਬ ਖੇਤੀਬਾੜੀ ਮਹਿਕਮੇ ਵੱਲੋਂ? ਨਹੀਂ ਜੀ, ਇਹ ਤਾਂ ਮੇਰੇ ਆਪਣੇ ਮਨ 'ਚ ਆਇਆ ਵੀ ਜੇ ਜੰਗਲ ਇੱਦਾਂ ਬਿਨਾਂ ਖਾਦ ਦਵਾਈ ਤੋਂ ਭੰਗ ਸੜਕਾਂ ਦੇ ਕਿਨਾਰੇ ਹੋ ਸਕਦੀ ਆ ਬੰਦੇ ਤੋਂ ਉੱਚੀ, ਤੇ ਕਣਕ ਕਿਉਂ ਨਹੀਂ ਇਸ ਤਰੀਕੇ ਨਾਲ ਹੋ ਸਕਦੀ? ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਤਾਂ ਵਿਕੀਆਂ ਹੋਈਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ, ਉਹ ਹਰ ਸਾਲ ਨਵਾਂ ਹੀ ਸੰਦ ਕੱਢ ਕੇ ਦਿੰਦੀਆਂ, ਤੇ ਅਗਲੇ ਸਾਲ ਕਹਿੰਦੀਆਂ ਉਹ ਸੰਦ ਜਿਹੜਾ ਫੇਲ ਆ, ਅਗਲੇ ਸਾਲ ਹੋਰ ਲਓ, 3-4 ਲੱਖ ਦੇ ਸੰਦ ਨੇ, ਉਹ ਜ਼ਿਮੀਦਾਰਾਂ ਦੇ ਵੱਸ ਨਹੀਂ। ਇਹ ਤਾਂ ਸੰਦਾਂ ਨੇ ਕਾਰਪੋਰੇਟ ਘਰਾਣਿਆਂ ਦੇ ਕਰਜ਼ਾਈ, ਜਿਹੜਾ ਸਾਡੀਆਂ ਯੂਨੀਵਰਸਿਟੀਆਂ ਵਿਕੀਆਂ, ਡਾਕਟਰ ਵਿਕ ਗਏ, ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਸਾਨੂੰ ਗੁਲਾਮ ਬਣਾਤਾ। ਤੁਹਾਡੇ ਵੱਲ ਵੇਖ ਕੇ ਕਿਸੇ ਹੋਰ ਕਿਸਾਨਾਂ ਨੇ ਵੀ ਲਾਏ ਜੀ? ਜ਼ਰੂਰ ਲਾਉਣਗੇ ਜੀ, ਆਹ ਜਦੋਂ ਵੇਖਣਗੇ ਜ਼ਰੂਰ ਲਾਉਣਗੇ, ਜ਼ਰੂਰ ਲਾਉਣਗੇ। ਇਹਦੇ ਨਾਲ ਹੀ ਦੱਸ ਦਈਏ ਕਿ ਕਿਸਾਨ ਵੱਲੋਂ ਬੜੇ ਹੀ ਤਰੀਕੇ ਨਾਲ ਖਾਲ ਦੇ ਵਿੱਚ ਵੀ, ਖਾਲ ਨੂੰ ਖਾਲੀ ਨਹੀਂ ਛੱਡਿਆ ਗਿਆ, ਖਾਲ ਦੇ ਵਿੱਚ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ 2-3 ਹੀ ਆਪਣਾ ਫਸਲਾਂ ਲੈ ਚੁੱਕੇ ਹਾਂ। ਸਰ ਜੀ, ਖਾਲ ਵਿੱਚ ਕੀ ਬੀਜੇਗਾ ਜੀ? ਖਾਲ ਵਿੱਚ ਮੈਂ ਹੁਣ ਜਵਾਰ ਬੀਜਦੀ ਹੈਗੀ ਹੈ। ਪਹਿਲਾਂ ਕੀ ਬੀਜਿਆ ਸੀ ਖਾਲ ਵਿੱਚ? ਪਹਿਲਾਂ ਪਾਲਕ ਧਨੀਆ ਲਾਇਆ ਸੀ, ਪਹਿਲੇ ਮਤਲਬ ਝੋਨਾ ਵੱਢਣ ਤੋਂ ਪਹਿਲੇ ਲਾਇਆ ਸੀ। ਬੰਨੇ ਬੰਨੇ ਚੁਕੰਦਰ ਲੱਗੀ ਹੋਈ ਆ ਜੀ, ਤੁਹਾਡੇ ਆਈਡੀਆ ਮਨ 'ਚ ਹੀ ਆਉਂਦੇ ਨੇ ਕਿਵੇਂ ਜੀ? ਮਨ 'ਚੋਂ ਹੀ ਮਤਲਬ ਆਉਂਦੇ ਆ ਕਿ ਖਾਲੀ ਇੰਨਾ ਚਿਰ ਆੜ ਖਾਲੀ ਰਹਿਣੀ ਹੈ, ਉੰਨਾ ਚਿਰ ਪੰਜਾਬ ਵਿੱਚ ਬੀਜ ਦਿਓ। ਝੋਨਾ ਵੀ ਮੈਂ 8 ਕਿੱਲੇ ਸਿਰਫ ਕੋਈ ਟਰੈਕਟਰ 'ਚ ਕੱਦੂ ਨਹੀਂ ਕੀਤਾ ਹੈਗਾ, ਉਹ ਵੀ ਸਿਰਫ ਕੰਪਿਊਟਰ ਕਰਾ ਫੇਰ ਕੇ ਇਵੇਂ ਲਵਾਤਾ। ਅਤੇ ਆਪਣੇ ਵਰਗੇ ਹੋਰ ਕਿਸਾਨਾਂ ਨੂੰ ਕੀ ਮੈਸੇਜ ਦਿਓਗੇ? ਮੈਸੇਜ ਇਹੀ ਹੈ ਕਿ ਉਹਨਾਂ ਨੂੰ ਵੀ ਇੱਦਾਂ ਇਵੇਂ ਕਰਨਾ ਚਾਹੀਦਾ ਹੈ, ਆਪਣੇ ਖਰਚੇ ਘਟਾਉਣੇ ਚਾਹੀਦੇ, ਖਰਚੇ ਤਰ੍ਹਾਂ ਘੱਟ ਸਕਦੇ। ਹਾਂਜੀ, ਸੋ ਇਹ ਸਨ ਕਿਸਾਨ ਸਰ ਰਜਿੰਦਰ ਸਿੰਘ ਜੀ, ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੜੇ ਹੀ ਤਰੀਕੇ ਨਾਲ ਬਿਨਾਂ ਖਰਚੇ ਤੋਂ ਕਣਕ ਨੂੰ ਬੀਜਿਆ ਹੈ, ਅਤੇ ਹੋਰ ਸਾਡੇ ਵੱਲ ਵੇਖ ਕੇ ਹੋਰ ਵੀ ਕਿਸਾਨ ਇਹ ਖੇਤੀ ਇਸ ਤਰ੍ਹਾਂ ਦੀ ਕਰ ਸਕਦੇ ਹਨ, ਜੋ ਲਾਭ ਲੈ ਸਕਦੇ ਹਨ। ਧੰਨਵਾਦ।